ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਮਿਤਰਾ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਬਹੁਤ ਬਹੁਤ ਸਵਾਗਤ ਕਰਦਾ ਮੇਰੇ ਚੈਨਲ 'ਤੇ। ਅੱਜ ਆਪਾਂ ਇੱਕ ਬਲੂਟੂਥ ਸਪੀਕਰ ਜਿਹਦਾ ਨਾਮ ਹੈਗਾ ਹੈ ਕੋਨਾਰਕ BT25 ਦਾ ਅਨਬੋਕਸਿੰਗ ਐਂਡ ਇਨਡੈਪਥ ਰਿਵਿਊ ਕਰਨ ਜਾ ਰਹੇ ਹਾਂ। ਸੋ ਇਸ ਵੀਡੀਓ ਨੂੰ ਪੂਰਾ ਦੇਖਿਓ ਔਰ ਦੇਖਣ ਤੋਂ ਬਿਨਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ 'ਤੇ ਜ਼ਰੂਰ ਕਲਿੱਕ ਕਰ ਲਿਓ ਤਾਂ ਕਿ ਸਾਡੀ ਕੋਈ ਵੀ ਪੋਸਟ ਮਿਸ ਨਾ ਕਰ ਦਿਓ। ਸੋ ਬਹੁਤ ਹੀ ਦੇਰ ਨਾ ਕਰਦੇ ਹੋਏ ਵੀਡੀਓ ਸ਼ੁਰੂ ਕਰਦੇ ਹਾਂ। ਸੋ ਗਾਇਸ, ਸਭ ਤੋਂ ਪਹਿਲਾਂ ਤੁਹਾਨੂੰ ਇੱਥੇ ਬਲੈਕ ਕਲਰ ਦਾ ਬੋਕਸ ਮਿਲ ਜਾਂਦਾ ਅਤੇ ਬੋਕਸ ਦੇ ਫਰੰਟ 'ਤੇ ਤੁਹਾਨੂੰ ਸਭ ਤੋਂ ਉੱਪਰ ਮਿੰਨੀ ਸਪੀਕਰ ਲਿਖਿਆ ਦਿਖਾਈ ਦਿੰਦਾ ਹੈ ਐਂਡ ਉਸ ਤੋਂ ਬਾਅਦ ਤੁਹਾਨੂੰ ਸਪੀਕਰ ਦੀ ਲੁੱਕ ਜਾਂ ਡਿਜ਼ਾਇਨ ਦਿਖਾਇਆ ਗਿਆ ਹੈ ਜੋ ਕਿ ਬਿਲਕੁਲ ਸਿਮਿਲਰ ਹੈਗਾ ਫਿਲਿਪਸ ਦੇ BT50 ਬਲੂਟੂਥ ਸਪੀਕਰ ਦੇ ਨਾਲ। ਉਸ ਤੋਂ ਬਾਅਦ ਸਭ ਤੋਂ ਨੀਚੇ ਮਿਊਜ਼ਿਕ ਲਿਖਿਆ ਗਿਆ ਔਰ ਲੈਫਟ ਸਾਈਡ 'ਤੇ ਤੁਹਾਨੂੰ ਸਪੈਸੀਫਿਕੇਸ਼ਨ ਦਿੱਤੀਆਂ ਗਈਆਂ ਨੇ ਜਿਹੜੀ ਕਿ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ। ਇਹ ਸਪੀਕਰ A2DP AVRCP ਹੈਡਸੈੱਟ ਹੈਂਡ ਫਰੀ ਪ੍ਰੋਫਾਈਲ ਦੀ ਸਪੋਰਟ ਕਰਦਾ ਹੈ। ਇਹਦੇ ਵਿੱਚ ਤੁਹਾਨੂੰ 5 hours ਦਾ ਵਰਕਿੰਗ ਟਾਈਮ ਦਿੱਤਾ ਗਿਆ ਜਿਹਦੇ ਵਿੱਚ ਉਹ 4 hours ਦਾ ਤੁਹਾਨੂੰ ਮਿਲ ਜਾਂਦਾ। ਉਸ ਤੋਂ ਬਾਅਦ ਇੱਥੇ ਤੁਹਾਨੂੰ ਡਾਇਮੈਂਸ਼ਨ ਦਿੱਤੀਆਂ ਗਈਆਂ ਨੇ। ਉਸ ਤੋਂ ਬਾਅਦ ਇੱਥੇ ਸਪੀਕਰ ਦਾ ਵੇਟ ਦਿੱਤਾ ਗਿਆ ਜਿਹੜਾ ਕਿ ਹੈਗਾ 100 grams। ਇਸ ਸਪੀਕਰ ਦੇ ਵਿੱਚ ਤੁਹਾਨੂੰ 40 mm ਦਾ ਆਊਟਪੁੱਟ ਡਰਾਈਵਰ ਦਿੱਤਾ ਗਿਆ ਹੈ ਜਿਹੜਾ ਕਿ 3 watt ਦਾ ਹੈ ਇਹਦਾ ਆਊਟਪੁੱਟ। ਇਸ ਸਪੀਕਰ ਦੇ ਵਿੱਚ ਤੁਹਾਨੂੰ 500 mAh ਦੀ ਬੈਟਰੀ ਮਿਲ ਜਾਂਦੀ ਹੈ ਐਂਡ ਇਸਦਾ ਬੈਟਰੀ ਚਾਰਜਿੰਗ ਵੋਲਟੇਜ ਹੈਗੀ ਆ 5 volts 0.5 ampere। ਚਾਰਜਿੰਗ ਟਾਈਮ ਇਹਦਾ ਹੈਗਾ 2 hours ਦਾ। ਬਾਕੀ ਬੋਕਸ ਦੀ ਲੁੱਕ ਸੇਮ ਹੀ ਹੈਗੀ ਆ। ਚਲੋ ਆਪਾਂ ਸਪੀਕਰ ਨੂੰ ਅਨਬੋਕਸ ਕਰ ਲੈਂਦੇ ਹਾਂ। ਬੋਕਸ ਓਪਨ ਕਰਨ 'ਤੇ ਤੁਹਾਨੂੰ ਇੱਕ ਮਾਈਕਰੋ USB ਕੇਬਲ ਮਿਲਦੀ ਆ ਔਰ ਇੱਕ ਔਕਸ ਕੇਬਲ ਮਿਲਦੀ ਹੈ ਜਿਹੜੀ ਕਿ ਨੋਰਮਲ ਕੁਆਲਿਟੀ ਦੀ ਹੈਗੀ ਆ। ਉਸ ਤੋਂ ਬਾਅਦ ਤੁਹਾਨੂੰ ਇੱਕ ਯੂਜ਼ਰ ਮੈਨੂਅਲ ਦਿੱਤਾ ਗਿਆ ਜਿਹੜਾ ਕਿ ਇੰਗਲਿਸ਼ ਐਂਡ ਚਾਈਨੀਜ਼ ਲੈਂਗੁਏਜ ਦੇ ਵਿੱਚ ਦਿੱਤਾ ਗਿਆ ਐਂਡ ਯੂਜ਼ਰ ਮੈਨੂਅਲ ਦੇ ਵਿੱਚ ਸਾਫ਼ ਸਾਫ਼ ਲਿਖਿਆ ਗਿਆ ਹੈ ਇਹ ਸਪੀਕਰ ਫਿਲਿਪਸ ਦੇ BT50 ਸਪੀਕਰ ਦਾ ਅਲਟਰਨੇਟਿਵ ਹੈ ਅਤੇ ਬਾਕੀ ਕੁਝ ਹੋਰ ਇਨਫੋਰਮੇਸ਼ਨ ਦਿੱਤੀ ਗਈ ਹੈ। ਯੂਜ਼ਰ ਮੈਨੂਅਲ ਤੋਂ ਬਾਅਦ ਸਾਨੂੰ ਕੋਨਾਰਕ ਦਾ ਬਲੂਟੂਥ ਸਪੀਕਰ ਮਿਲ ਜਾਂਦਾ ਹੈ ਜਿਹੜਾ ਕਿ ਪਲਾਸਟਿਕ ਬਿਲਡ ਦੇ ਨਾਲ ਆਉਂਦਾ ਹੈ ਬਲੈਕ ਮੈਟ ਕਲਰ ਦੇ ਨਾਲ। ਸਪੀਕਰ ਦੇ ਉੱਪਰ ਤੁਹਾਨੂੰ ਇੱਕ ਪਲਾਸਟਿਕ ਮੈਸ਼ ਦਿੱਤੀ ਗਈ ਹੈ ਐਂਡ ਸਪੀਕਰ ਦੇ ਨੀਚੇ ਗ੍ਰਿਪ ਦਿੱਤੀ ਗਈ ਹੈ ਸਪੀਕਰ ਨੂੰ ਸਟੱਡੀ ਰੱਖਣ ਲਈ। ਸਪੀਕਰ ਦੀ ਸਾਈਡ 'ਤੇ ਤੁਹਾਨੂੰ ਕੋਨਾਰਕ ਦੀ ਬ੍ਰੈਂਡਿੰਗ ਮਿਲ ਜਾਂਦੀ ਹੈ ਅਤੇ ਕੋਨਾਰਕ ਦੀ ਬ੍ਰੈਂਡਿੰਗ ਦੇ ਨੀਚੇ ਤੁਹਾਨੂੰ ਮਾਈਕ ਇਨਪੁੱਟ ਦਿੱਤਾ ਗਿਆ ਜਿਹਦੇ ਵਿੱਚ LED ਲਾਈਟਸ ਲੱਗੀ ਹੋਈ ਹੈ ਪੇਅਰਿੰਗ ਐਂਡ ਸਪੀਕਰ ਦੀ ਚਾਰਜਿੰਗ ਦੱਸਣ ਲਈ। ਉਸ ਤੋਂ ਬਾਅਦ ਤੁਹਾਨੂੰ ਇੱਕ ਔਨ ਆਫ ਐਂਡ ਮੋਡ ਬਟਨ ਮਿਲ ਜਾਂਦਾ ਹੈ ਜਿਹੜਾ ਕਿ ਸਪੀਕਰ ਨੂੰ ਔਨ ਕਰਦਾ ਹੈ ਅਤੇ ਔਕਸ ਮੋਡ ਤੋਂ ਬਲੂਟੂਥ ਮੋਡ ਦੇ ਵਿੱਚ ਲੈ ਕੇ ਜਾਂਦਾ ਹੈ। ਉਸ ਦੇ ਨਾਲ ਹੀ ਤੁਹਾਨੂੰ ਇੱਕ ਪੇਅਰਿੰਗ ਵਾਲਾ ਬਟਨ ਵੀ ਦਿੱਤਾ ਜਾਂਦਾ ਹੈ ਜਿਹੜਾ ਸੌਂਗਸ ਪਲੇ ਐਂਡ ਪਾਊਜ਼ ਕਰਨ ਲਈ ਵੀ ਯੂਜ਼ ਹੁੰਦਾ ਹੈ। ਸੋ ਚਲੋ ਤੁਹਾਨੂੰ ਇਸ ਸਪੀਕਰ 'ਚੋਂ ਕੁਝ ਸੌਂਗ ਸੁਣਾ ਦਿੰਦੇ ਹਾਂ। ਇਸ ਸਪੀਕਰ ਨੂੰ ਆਪਣੇ ਫੋਨ ਦੇ ਨਾਲ ਕਨੈਕਟ ਕਰਨ ਲਈ ਮੋਡ ਵਾਲੇ ਬਟਨ ਨੂੰ ਐਂਡ 'ਤੇ ਕਰ ਦਿਓ ਜਿਹਦੇ ਨਾਲ ਇਹ ਬਲੂਟੂਥ ਮੋਡ ਦੇ ਵਿੱਚ ਚਲੇ ਜਾਏਗਾ ਅਤੇ ਤੁਹਾਡੇ ਫੋਨ ਨਾਲ ਕਨੈਕਟ ਹੋ ਜਾਏਗਾ। ਚਲੋ ਫਿਰ ਹੁਣ ਸੌਂਗ ਸੁਣ ਲੈਂਦੇ ਹਾਂ। ਜਿਹੜੇ ਵੀ ਇਸ ਵੀਡੀਓ ਦੇ ਵਿੱਚ ਸੌਂਗ ਯੂਜ਼ ਕੀਤੇ ਗਏ ਨੇ ਉਹ ਨੋਨ ਕਾਪੀਰਾਈਟ ਸੌਂਗਸ ਨੇ NCS ਚੈਨਲ ਦੇ ਉੱਤੋਂ ਲਿੱਤੇ ਗਏ ਨੇ। ਸੋ ਕੀਪ ਦੈਟ ਇਨ ਮਾਈਂਡ।
just going with the gut. Never had a doubt. Like this is just a must. Put me in perspective, I'm the deepest in the cut. Everybody tune in, but this is just for us now. We know I ain't got it yet. Always wanna holler, oh no, I don't call them back. Girl, let me see you hold it down, we gon' have a blast. I just wanna know what you gonna do with all of that. I ain't gotta say a word, I know what's up. You can have it on, watch me rip it up. I'll admit it, you got me feeling under love. Even when it's going down, I know that we gon' live it up. Young shot caller, always been a baller. Know that you alone, I can feel it in my heart. Yeah, I won't stop charging me, going on water. I can see you. सो गाइज़ हुण तुसीं सोंग सुन ही ले ने ते चलो आपां इहदे प्रोज एंड कॉन्स की गल कर लैने आ। सब तो पहला एक बजट सैगमेंट का ब्लूटूथ स्पीकर हैगा जिहड़ा तुहानूं तकरीबन 600-700 दे विच मिल जांदा है। बेस्ट बाय लिंक तुहानूं नीचे डिस्क्रिप्शन बॉक्स दे विच दित्ते गए, तुसीं उत्थों जा के बाय कर सकदे आ। इह स्पीकर एक मिनीमल ते सेफ पैकिंग दे नाल आउंदा है। मैं इस बॉक्स नूं पहलां ही इहदी पैकिंग दे विचों बाहर कढ लिया सीगा, बट इह पूरी सेफ तरीके ना पैक होकर तुहानू डिलीवर होंदा है। सो उहदी कोई टेंशन ना लो। बिल्ड क्वालिटी वधिया है बट ज़्यादा नहीं, प्राइस के मुताबिक थोड़ी जी ज़्यादा होनी चाहिए सी। इहदी बिल्ड क्वालिटी वधिया, सो वो है नहीं गी बट ठीक आ। जिन्ने भी इहदा प्राइस हैगा ठीक है इहदे च। और ब्लूटूथ कनैक्टिविटी भी फास्ट हैगी है, ऑक्स नाल भी वधिया ये स्पीकर चल जाता है। चार्जिंग टाइम भी ठीक ठाक ही है, ज़्यादा नहीं है, मतलब 2.5 घंटे दे विच या 2 घंटे दे विच तुहानू चार्ज कर दिंदा है। बाकी स्पीकर वांग नहीं 4-4, 5-5 घंटे लेंदा है चार्ज होने ते। साउंड इस स्पीकर दी लाउड है बट जदों ये मैक्स पिच ते चल जाती है उदों ये थोड़ा साउंड नाल कॉम्प्रोमाइज़ करता, थोड़ा डिस्टॉर्ट करता है साउंड नू, खन खन की आवाज़ आती है। बास भी स्पीकर दी नॉर्मल है, ज़्यादा आपां नू इन्ने प्राइस विच मिलन नहीं वाली। मैं तुहाडे लई एक होर स्पीकर का रिव्यू लैके आने लगा, वो थोड़ा इस स्पीकर तो थोड़ा ज़्यादा प्राइजी हैगा बट वो दी बेस बहुत वधिया है। सो वो तुहानू नैक्सट वीक मिल जाएगी। सो चलो हुण इहदी कॉन्स की गल कर लैने आ। बिल्ड क्वालिटी होर इंप्रूव हो सकती सी जे आपां इन्ने पैसे दे रहे हाँ। इस स्पीकर दे विच क्रिकिंग नॉइज़ आउंदी आ थोड़ी जी, टैकमी आउट दे यूनिट दे विच भी ये सेम प्रॉब्लम है। तो एआर टैक दे कोल जिहड़ा यूनिट हैगा उहदे विच भी थोड़ी जी प्रॉब्लम हैगी है क्रिकिंग दी। जदों आपां इहनूं हिलाउंदे आ कट 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 दी आवाज़ आउंदी है, जिद्दां कोई पेच पूछ हिलिया होवे, बट उहदे नाल कोई अपने स्पीकर ते ज़्यादा इफेक्ट नहीं पैंदा। सो ये सारियां दी प्रोस ते कौन सीगियां। सो जे तुसीं स्पीकर लैणा चाहुंदे हो तुहानूं बेस्ट बाय लिंक नीचे डिस्क्रिप्शन बॉक्स दे विच दित्ते गए है, तुसीं उत्थे जा के बाय कर सकदे हो। आई होप कि तुहानू ये वीडियो वधिया लगी होगी। जे तुहानू ये वीडियो वधिया लगी इहनूं लाइक शेयर ते कमेंट करना ना भुल्लो। मैं थोड़े लिए होर इदां दीआं वीडियोज़ लैके आंदा रहांगा और तुसीं अपनियां सजेशनस नीचे कमेंट बॉक्स दे विच तुसीं दे सकदे आ और इस चैनल नूं सबसक्राइब कर लो। सो गाइज़ अज दी इस वीडियो च बस इन्ना ही। थैंक्स फॉर वॉचिंग गाइज, सत श्री अकाल।